माई साबरा, और माई साबरा खोर, अल्लाह जाने कदा मगरू लस्से मेरे पैसे दो, इत्थे वाट चौक के कुटदियां बैठियां ने आराम नाल छां ते मेरे पैसे खा के बैठियां ता। हां किवें आया खलोता है? ਐਂ ਜਿਵੇਂ ਤੁਹਾਨੂੰ ਕੋਈ ਨਹੀਂ ਪਤਾ ਮੈਂ ਕਿਵੇਂ ਆਇਆ। ਉਹ ਮਹੀਨੇ ਦੀ ਆਖਰੀ ਤਰੀਕ ਕੱਲ੍ਹ ਮੁੱਕ ਗਈ ਹੈ ਤੇ 24 ਘੰਟੇ ਉੱਤੇ ਹੋ ਗਏ, ਤੁਹਾਨੂੰ ਪਤਾ ਨਹੀਂ ਲੱਗਦਾ ਪਿਆ ਤੇ ਪੈਸੇ ਨਹੀਂ ਦੇਣੇ ਨੇ। ਅੱਲਾ ਜਾਣੇ ਤੇਰੇ ਪੈਸੇ ਕਦੋਂ ਮਗਰੂ ਲਾਸਣ। ਜਦੋਂ ਤੁਸੀਂ ਪੈਸੇ ਦੇ ਛੱਡੇ ਸਾਰੇ ਉਦੋਂ ਪੈਸੇ ਮਗਰੂ ਲਾ ਜਾਸਣ। ਦੇ ਦੇ ਕੇ ਥੱਕ ਗਿਆ ਹੈ, ਪਤਾ ਨਹੀਂ ਕਦੋਂ ਪੂਰੇ ਹੋਊਂ। ਓ ਮਾਈ ਸਾਹਿਬ, ਹਰ ਮਹੀਨੇ ਤੁਸੀਂ ਉਤਲੇ ਪੈਸੇ ਦਿੰਦੇ ਨੇ ਸੂਦ ਵਾਲੇ, ਅਸਲ ਰਕਮ ਤੁਹਾਡੀ ਉਵੇਂ ਦੀ ਉਵੇਂ ਪਈ ਹੈ। ਇਹ ਤੇਰੇ ਸਾਈਂ ਅੱਲਾ ਬਸ ਕੇ 20,000 ਰੁਪਈਆ ਲਿਆ, ਉਹਦੇ ਉੱਤੇ 2,000 ਰੁਪਈਆ ਸੂਦ ਪਾਉਂਦਾ ਹਰ ਮਹੀਨੇ ਦਾ। ਹੁਣ ਇਹਦੇ 'ਚ ਮੇਰਾ ਕੋਈ ਕਸੂਰ ਹੈ? ਤੁਸੀਂ ਉਤਲੇ ਪੈਸੇ ਦੇ ਛੱਡਦੇ ਨੇ, ਅਸਲ ਰਕਮ ਤਾਂ ਦਿੰਦੇ ਹੀ ਨਹੀਂ ਪੈਣੇ। ਅਗਰ ਮੈਂ 2,000 ਦੀ ਕੱਟੀ ਲਈ ਆਉਂਦੀ, ਹੁਣ ਨੂੰ ਮੇਰੇ ਕੋਲ 4-5 ਮੱਝੀ ਵੀ ਆਉਣੀਆਂ ਹਨ। ਮੇਰੇ ਕੰਨਾਂ ਦੀਆਂ ਵਾਲੀਆਂ ਵਹਿ ਗਈਆਂ, ਹੱਥਾਂ ਦੀ ਚੂੜੀਆਂ ਵਹਿ ਗਈਆਂ, ਹਾਲੇ ਤੂੰ ਮਗਰੋਂ ਨਹੀਂ ਲੱਥਾ। ਅੱਲਾ ਦਾ ਨਾਂ ਹੈ, ਕਿਸੇ ਤਰੀਕੇ ਮਗਰੋਂ ਲੈ ਜਾ। ਤੂੰ ਗਣੀ ਵਾਦ ਕੇ ਨਾ ਗੱਲਾਂ ਕੀਤੀਆਂ ਕਰ, ਮੈਂ ਤੇਰੇ ਨਾਲ ਨਹੀਂ ਗੱਲ ਕੀਤੀ। ਤੇਰੇ ਪਿਓ ਪੈਸੇ ਲੈਣ, ਮੈਂ ਤੇਰੀ ਮਾਂ ਨਾਲ ਗੱਲ ਕਰਦਾ ਪਿਆ। ਪੈਸੇ ਨਹੀਂ ਦੇਣੇ ਨੇ ਤੇ ਨਾ ਦਿਓ, ਮੈਂ ਵਗ ਜਾ ਸਮਝੀ ਚਾਹ ਕੇ ਤੇਰੇ ਪਿਓ ਦੀ ਕਬਰ ਤੇ, ਉੱਥੇ ਬੈਠਾ ਰਹਾ ਸਾਂ। ਉੱਤਲ ਤੇ ਜਿੱਤਲ ਤੇ ਸਾਰੇ ਪਿੰਡਾਂ ਵਾਲੇ ਨਾ ਇਕੱਠੇ ਹੋ ਕੇ ਮੇਰੇ ਕੋਲ ਆਏ। ਹੋਰ ਤੁਸੀਂ ਪੈਸੇ ਵੀ ਦੇਸੋ ਤੇ ਜਾਗ ਦਾ ਤਮਾਸ਼ਾ ਵੀ ਬਣਸੋ। ਬਸ ਹੀ ਉਧਰ ਕੋ ਫਾਰਮੂਲਾ, ਫਿਰ ਹੀ ਸਾਨੂੰ ਬਲੈਕਮੇਲ ਕਰਕੇ ਅੰਮਾ ਕੋਲ ਪੈਸੇ ਲੈ ਕੇ ਤੂੰ ਵਗ ਜਾਣਾ। ਪੈਸੇ ਵੀ ਮੇਰੇ ਖਾਤੀ ਬੈਠੇ ਨੇ, ਗੱਲਾਂ ਵੀ ਉਲਟਾ ਮੈਨੂੰ ਕੀਤੀ ਜਾਣੀ ਹੈ। ਹੈ ਮੈਂ ਅੱਜ ਮਾਈ ਪੈਸੇ ਸਾਰੇ ਲੈ ਕੇ ਜਾਵਣੇ ਨਹੀਂ, ਅਗਲੇ ਪਿਛਲੇ ਸਾਰੇ, ਅਸਲ ਰਕਮ ਵੀ ਲੈ ਕੇ ਜਾਣੀ, ਸੂਦ ਵੀ ਲੈ ਕੇ ਜਾਣੀ। ਮੈਂ ਉਹ ਛਪਰੀ ਹੇਠ ਬੈਠਾ, ਪੈਸੇ ਦਾ ਜਲਦੀ ਬੰਦੋਬਸਤ ਕਰ ਲਓ। ਇੱਕ ਇਹਨਾਂ ਲੋਕਾਂ ਨੂੰ ਪੈਸੇ ਦੇ ਔਖੇ ਵੇਲੇ, ਇੱਕ ਇਹਨਾਂ ਦੀਆਂ ਅੱਗੋਂ ਗੱਲਾਂ ਸੁਣ ਲਓ। ਲੈ ਵੀ ਇਹਨੇ ਮੁੱਕੀ ਖਲੋਤੀ ਮਾਈ, ਇੱਥੇ ਮੇਰੇ ਕੋਲ ਬਹਿਣ ਦਾ ਫਾਇਦਾ ਕੋਈ ਨਹੀਂ। ਅੱਜ ਮੈਂ ਸਾਰੇ ਪੈਸੇ ਲੈ ਕੇ ਜਾ ਸਾ ਸੂਦ ਸਮਾਏ ਤੋਂ। ਚੰਗਾ ਬੱਲਾ ਪਤਾ ਬੰਦਾ ਅੱਗੇ ਕੁੱਤਾ ਜਿਹਾ, ਤੇਰੀ ਨਿੱਕੀ ਜੀ ਗੱਲ ਦਾ ਗਲੋੜ ਬਣਾਈ ਬੈਠਾ। ਛੋਟੇ ਮੀਆਂ ਬੜੇ ਮੀਆਂ, ਸੁਭਾਨ ਅੱਲਾ, ਉਸ ਤਾਂ ਮੈਨੂੰ ਬਲੈਕ ਮੈਲੋਰ ਆਖਿਆ, ਬਲੈਕ ਮੈਲੋਰ, ਤੇ ਤੂੰ ਮੈਨੂੰ ਕੁੱਤਾ ਹੀ ਬਣਾਈ ਬੈਠੀ ਆ। ਵੇ ਬਾਈ, ਤੈਨੂੰ ਮੈਂ ਗੁੱਸੇ 'ਚ ਕੁੱਤਾ ਆਖੀ ਬੈਠੀ ਆ, ਤੇ ਤੂੰ ਕਿਹੜਾ ਕੁੱਤਾ ਬਣ ਗਿਆ? ਕੁੱਤਾ ਮੈਂ ਬਣਦਾ ਤਾਂ ਕੋਈ ਨਹੀਂ ਪਿਆ, ਪਰ ਮੈਂ ਕੁੱਤੇ ਕੁੱਤੀ ਇੱਥੇ ਹੋ ਕੇ ਨਿਕਲ ਸਾਂ। ਪੈਸੇ ਮੇਰੇ ਇੱਥੇ ਸੱਟੋ ਜਲਦੀ ਨਾਲ, ਬਸ ਗੱਲ ਖਤਮ। ਐਵੇਂ ਮੈਂ ਕੋਈ ਨਹੀਂ ਜਾਵਣਾ ਨੇ ਆਜ ਜਾਓ। ਅੰਮਾ ਇਹਨੂੰ ਬੈਠਿਆ ਰਹਿੰਦੇ, ਆਪਾਂ ਚੱਲ ਕੇ ਸਿੱਟੇ ਕੁੱਟੀਏ, ਜਦੋਂ ਫਿਰ ਹੋਏ ਉਦੋਂ ਲੈ ਕੇ ਵਗ ਜਾਸੀ। ਓ ਮੈਂ ਇੱਕ ਦਿਹਾੜੀ ਵਾਸਤੇ ਕੋਈ ਨਹੀਂ ਮੁੜ ਬੈਠਾ ਹਾਂ, ਮੈਂ ਪੱਕਾ ਇੱਥੇ ਬੈਠਾ ਹਾਂ। ਮੈਂ ਇੱਥੋਂ ਲੈ ਕੇ ਜਾਸਾ, ਮੇਰੀ ਕਿਹੜਾ ਗਰ ਸਵਾਣੀ ਪਈ ਉਡੀਕਦੀ ਹੈ ਮੈਨੂੰ। ਮੈਂ 3 ਟਾਈਮ ਇੱਥੋਂ ਰੋਟੀ ਵੀ ਖਾਸਾ, ਨਾਲ ਮੱਖਣ ਗਿਓ, ਨਾਲ ਨਾਸ਼ਤਾ ਕਰਸਾ, ਤੇ ਮੈਂ ਇੱਥੇ ਹੀ ਬੈਠਾ ਬਾਈ। ਚਲੋ ਠੀਕ ਹੈ, ਅਸੀਂ ਤਾਂ ਮੁੜਾ ਹੀ ਸਹੀ, ਮਹੀਨੇ ਦੇ ਬੈਠੇ ਸੋਚਾ, ਦੋ ਇਹਦੇ ਸੋਚਾ, ਤਿੰਨਾਂ ਇਹਦੇ ਸੋਚਾ, ਮੈਂ 3 ਮਹੀਨੇ ਇੱਥੇ ਬੈਠਾ। ਅਸੀਂ ਜਿਹੜੇ ਮੱਖਣ ਗਿਓ ਖਾਂਦੀਆਂ ਪਿਓ, ਤੂੰ ਵੀ ਬਹਿ ਕੇ ਖਾ ਲਵੀਂ, ਅਸ ਤਾਂ ਮਰਚਾਂ ਨਾਲ ਰੋਟੀ ਖਾਣੀ ਹੈ। ਤੁਸੀਂ ਮਰਚਾਂ ਨਾਲ ਖਾਂਦੀਆਂ ਰਵਿਆ ਹੈ, ਆਹ ਜਿਹੜੇ ਚੂਚੇ ਲੱਗੇ ਬੰਦੇ 30-35, ਇਹ ਮੈਂ ਖਾਸਾ ਰੋਜ਼ਾਨਾ ਦਾ ਇੱਕੋ। ਇਹਨਾਂ ਚੂਚਿਆਂ ਤੋਂ ਹੱਥ ਲਾਇਆ ਤੇ ਅਗਲੇ ਤੇਰਾ ਹੱਥ ਵਾੜ ਦੇ ਸਨ। ਹਾਂ ਤੁਹਾਡੇ ਗਵਾਡੀ ਕਸਾਈ ਹਨ। ਮੇਰਾ ਪੋਤਰਾ ਮੇਰੀ ਗੱਲ ਮੰਨ ਲਾਏ, ਜਦੋਂ ਮੇਰੇ ਕੋਲ ਪੈਸੇ ਹੋਏ ਨਾ, ਮੈਂ ਤੈਨੂੰ ਘਰੇ ਪਹੁੰਚਾ ਦੇਸਾਂ। ਨਾ 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 ਨਾ, ਅੱਜ ਤਾਂ ਕਿਸੇ ਘਰੇ ਕਿਸੇ ਦੇ ਅਪਰਾਣ ਪੈਸੇ ਤੇ ਨਾ ਹੀ ਤੋਂ ਅਪਰਾਣ, ਮੈਂ ਪੈਸੇ ਹੁਣੇ ਵਸੂਲ ਕਰਕੇ ਜਾਣੇ ਨੇ ਬਾਈ। ਆ ਗਾਂ ਕੀ ਨਹੀਂ ਖੜੋਤੀ, ਮੈਂ ਇਹ ਗਾਂ ਛੱਡਣਾ। ਨਾ ਵੇ ਬਾਈ, ਆ ਗਾਂ ਨਾ ਖੋਲੇ ਪਿਆ, ਗਾਂ ਨਾ ਖੋਲੇ ਪਿਆ, ਹੱਥ ਬੰਦ ਸਾ। ਗਾਂ ਆ ਦਦੀ ਹੈ ਤਾਂ ਦਾਣਾ ਤੁਸੀਂ ਆਪ ਨਹੀਂ ਬੈਲ ਲਵਿਆ, ਮੈਂ ਤਾਂ ਗਾਂ ਖੋਲਣੀ, ਮੈਂ ਤਾਂ ਤੁਹਾਡਾ ਕਿੱਲਾ ਤੋਂ ਖੋਲ ਲਈ ਜਾਣਾ। ਜਾਣੇ ਸੁਕੀ ਬਾਦ ਕਿਨਾ ਸੁਲੇ ਸਾਧ ਲਿਓ, ਸੁਲੇ ਦਾ ਸਾਧ ਲਿਆਉਣੀ ਆ, ਹੋਰ ਇੱਜ਼ਤਕਾਰ ਪੋਤਰ ਪੋਤਰ ਸੱਦੇ ਜਾਣੀ, ਉਹਨੂੰ ਸ਼ਰਮ ਤੇ ਆਇਆ ਕੋ ਨਹੀਂ ਹੁੰਦਾ ਪਿਆਗਾ। ਜਾਣੇ ਤੂੰ ਸੁਲੇ ਸਾਧ ਲਿਆ। ਖਬਰਦਾਰ, ਮੈਂ ਤਾਂ ਰੋਕਿਆ ਨਹੀਂ ਹੈਗਾ, ਗਾਂ ਨੂੰ ਨਾ ਖੋਲੇ ਪਿਆ। ਤੇ ਹੋਰ ਮੈਂ ਕਿਨੂੰ ਖੋਲਾਂ, ਮੈਂ ਇਸ ਗਾਂ ਨੂੰ ਖੋਲਣਾ, ਇਸ ਸਿਰ ਨੂੰ ਲੈ ਕੇ ਜਾਵਣਾ ਹੈ ਮੈਂ। ਮੈਂ ਸਵਾਣੀਆਂ ਕਿ ਹੋਰ ਤਰੀਕੇ ਦੀ, ਤੁਸੀਂ ਉਹ ਜਿਹਾ ਤਰੀਕੇ ਦੀ ਵੀ ਹੈ, ਮੇਰੇ ਪੈਸੇ ਸੱਟੋ, ਮੈਂ ਗਾਂ ਨਹੀਂ ਖੋਲਣਾ। ਖਬਰਦਾਰ, ਇਹਦੇ ਹੋ ਐਡਾ ਕਿਤੇ ਹੋਵਾਂ, ਅਸਾਂ ਰਕਮ ਨਾਲੋਂ ਸੂਦ 4 ਗੁਣਾ ਘਣਾ ਲਾਇਆ ਗਿਆ ਹੈ,
अजय तेरा डर नहीं भरी जा। मेरा हाजमा दुरुस्त है ना, जो रकम मैं ले गया वो खा के हजम कर गया। तेरे मुंह लगा होता हराम ता तू किसी मजबूरी नहीं वेना है। ओ भाई हराम रोम की गल ना कर, मैं तुहाडे कोल ले जाना पैसे, पैसे भी लेना शाय, फिर शाय खाना वो हजम होंदी है। ए कारोबार बिजनेस है, लोग करदे पैन, लोग पैसे ला के मकान बना देन ते किराए ते दे छड़ देन, दुकाना बना देन ते किराए ते दे छड़ देन, मैं डायरेक्ट पैसे किराए ते दे छड़ना। बस ले रोक के एक मिनट है रमजी ने सूद कोर वो ताड़ी गां खोल के लाया जाऊ। मेरी गां केड़े हिसाब ही खोलू, ओ मैं नहीं पता, जल्दी चल साडे घरे। चल खबला तेरी गां होसी यार, लेकिन मैं पैसे ही ना दे कोल लेने। लेकिन भाई तेरी मेहरबानी गां नु हाथ ला ला, मैं तो मुड़ पैसे तू चले निरा हराम आप आग भरी जाना तू। तू इन्हां दा एडा वकील ना बण, मेरे डेढ़ च आग नहीं लगती। मैं मतीरे खा लेना, मैं जनाब कुल्फियां खा लेना, आइसक्रीमा खा लेना, मैं आग लगा नहीं देंदा डेढ़। मेरी आ झोली आई, अल्लाह करे तेरी बजल लाते तो ना टूरन जो करवे तो ना किसी तो गरु जाके सूद लावे। अब बेईमान सूद खोर आ, दे ला पुत्ते मैनू कज नहीं आंदा, मैं लोहेगा बने होया। ओ सुनीबियां तू इनां दे कोल लै आ दी गां, मैं इनां दे बूए तो आ दी। मैं रमजी तेनू आंदा बेगां नु हाथ ना लावी, ठीक ओ जाने तो तू जान, गां नु हाथ ले तो मैं बड़ा बुरा पेश आउसा। आ सुन लिया, मैं कोई नहीं खड़ोवणा, मैं गां खोल नहीं खोल। मैं रमजी तैनू आंदा पे छड़ दे लू, लै गां, मैं बड़ा बुरा पेश आउसा। आ ओ की होया ई, की होया ई, लात भज गई ई, आई लाखां लात भज गई आई अंदी। मैं थके दुखां दी मारी हो या तू ता नवा केस पाए गया सा अपने ते। अम्मा इयो जें दा केस नहीं होंदा, सूद खोरा दी अंजाम होंदा। ओए गल्लां ही करदियां रासो के मैनू कोई सां ते भी गसो। चल चल एनु छेक छुक करा जाओ उत्थे। आप घरे हिकमत ना करो, किसे सियाने बंदे नु सदा लो। चंगे जे बंदे नु सजाओ, किसे सीनियर नु मेरी रात जुड़ाओ। आ गां वेच के ते मैं सारे पैसे उत्ते ला देसा। देल ते मेरा ही करदा पया भी तेरी दूई लात भी बनना चा। एक लात बन के तेनू ठाट नहीं पई, हुन मैं तेनू की आख लिया है। क्योंकि लात बना के ही तेनू समझ नहीं आंदी फिर भी ओ गां ता मेरी है। यार एडा गुस्सा करन वाली केड़ी गल है, मैं घरों पैसे ला लईसा। पुत्र तैनू एक गल करा, अपने नबी पाक फरमाया सूद हराम होंदा है, ते सूद आलियां दी बशकश कोई नहीं होंदी। अम्मा अयो जे बंदा नसीहत करन दा फायदा कोई नहीं, असर ते इनां नूं हुंदा कोई नहीं। हां असर कोई नहीं हुंदा, मैनूं असर होया खलोता है। आए आए अम्मा दुआ कर मेरी लात करना ठीक हो जावे। अम्मा जितने पैसे भी लोकां कोल लैणे ने सूद ते उनां नूं मैं माफ कर देसां। ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।